ਜੋਤਾ ਪਵਾ ਕੇ ਹਰੇਕ ਤਰ੍ਹਾਂ ਦੀ ਕੋਸ਼ਿਸ਼ ਕਰ ਕਰਕੇ ਆਪਣੇ ਕੰਦਿਆਂ ਨੂੰ ਹਰਾਉਣ ਦੀ ਕੋਸ਼ਿਸ਼ ਕਰੀ, ਲੇਕਿਨ ਇਹਦੇ ਬਾਵਜੂਦ ਵੀ ਆਪਣੇ ਬੰਦੇ ਜਿਹੜੇ ਜਿੱਤ ਕੇ ਆਏ ਨੇ ਉਹ ਤਕੜੇ, ਮੇਰੇ ਵਾਸਤੇ ਤਾਂ ਕਿਸੇ ਫੌਜੀ ਤੋਂ ਘੱਟ ਨਹੀਂ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਹਲਕਾ ਬਠਿੰਡਾ ਦੀ ਨੌਂਦੇ ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਵੀ ਵੰਡੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਕਾਂਗਰਸ ਦੀ ਪੀਟੀਐਮ ਆਮ ਆਦਮੀ ਪਾਰਟੀ ਸਾਜਿਸ਼ ਦੇ ਅਧੀਨ ਅਕਾਲੀ ਦਲ ਨੂੰ ਬਦਨਾਮ ਕਰ ਰਹੀ ਹੈ ਅਤੇ 2014 ਤੋਂ ਲਗਾਤਾਰ ਅਕਾਲੀ ਦਲ ਦੇ ਖਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਸਰਕਾਰ 'ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਸਰਕਾਰ ਨੇ ਅਕਾਲੀ ਉਮੀਦਵਾਰਾਂ ਨੂੰ ਹਰਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਸਨ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਜੋ ਵੀ ਇਹਨਾਂ ਪੰਚਾਇਤੀ ਚੋਣਾਂ ਦੌਰਾਨ ਅਕਾਲੀ ਉਮੀਦਵਾਰ ਜਿੱਤੇ ਹਨ ਉਹ ਮੇਰੇ ਲਈ ਫੌਜੀਆਂ ਤੋਂ ਘੱਟ ਨਹੀਂ ਹਨ। ਕਾਂਗਰਸ ਦੀ ਬੀ ਟੀਮ ਤੇ ਕਾਂਗਰਸ ਆਮ ਆਦਮੀ ਪਾਰਟੀ ਦੋਨੋਂ ਇਕੱਠੇ ਹੋ ਕੇ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਕੇ ਜਦ 2014 ਦੀ ਚੋਣਾਂ ਸੀ ਜਾਂ ਇਹੋ ਜਿਹਾ ਦੁਸ਼ ਪ੍ਰਚਾਰ ਕਰਕੇ ਸਾਡੇ ਸਾਹਮਣੇ ਤਿੰਨ ਪਾਰਟੀਆਂ ਇਕੱਠੀਆਂ ਹੋ ਕੇ ਸਾਂਝਾ ਕੈਂਡੀਡੇਟ ਖੜਾ ਕਰਕੇ ਲਿਆ, ਤਾਂ ਵੀ ਤੁਸੀਂ ਡਟ ਕੇ ਇਸ ਮਹਿਮਾਨੇ ਦਾ ਸਾਥ ਦਿੱਤਾ, ਫਿਰ ਵੀ ਤੁਸੀਂ ਸੇਵਾ ਬਖਸ਼ੀ। ਸੋ ਮੈਂ ਤਾਂ ਜਿੰਨਾ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ ਕਰਾਂ, ਜਿੰਨਾ ਪ੍ਰਮਾਤਮਾ ਦਾ ਕਰਾਂ, ਸ਼ਾਇਦ ਉਹ ਘੱਟ ਪਾਉਂਦਾ। ਸੋ ਮੇਰੇ ਕੋਲ ਤੁਹਾਨੂੰ ਕਹਿਣ ਵਾਸਤੇ ਕੁਛ ਨਹੀਂ, ਸਿਰਫ ਸ਼ੁਕਰਾਨਾ ਕਰ ਸਕਦੇ ਹਾਂ। ਪੰਚਾਇਤਾਂ ਨੂੰ ਵਧਾਈ ਦਿੰਦੀ ਹਾਂ ਜਿਹੜੇ ਬਹੁਤ ਕਦੇ ਲੜਾਈ ਲੜ ਕੇ, ਕਿਉਂਕਿ ਮੈਨੂੰ ਪਤਾ ਹੈ ਕਿ ਇਸ ਵਾਰੀ ਪੰਚਾਇਤੀ ਚੋਣਾਂ 'ਚ ਇਹੋ ਜਿਹਾ ਜ਼ੋਰ ਤੇ ਜ਼ਬਰ ਦਾ ਸਹਾਰਾ ਲੈ ਕੇ ਸਰਕਾਰ ਨੇ ਝੂਠੇ ਪਰਚੇ ਕਰਾ ਕੇ ਲੋਕਾਂ ਨੂੰ ਮਾਰ ਕੇ ਕੁੱਟ ਕੇ ਜਾਲੀ ਵੋਟਾਂ ਪਵਾ ਕੇ ਹਰੇਕ ਤਰ੍ਹਾਂ ਦੀ ਕੋਸ਼ਿਸ਼ ਕਰ ਕਰ ਕੇ ਆਪਣੇ ਬੰਦਿਆਂ ਨੂੰ ਹਰਾਉਣ ਦੀ ਕੋਸ਼ਿਸ਼ ਕਰੀ, ਲੇਕਿਨ ਇਹਦੇ ਬਾਵਜੂਦ ਵੀ ਆਪਣੇ ਬੰਦੇ ਜਿਹੜੇ ਜਿੱਤ ਕੇ ਆਏ ਨੇ ਉਹ ਤਕੜੇ, ਮੇਰੇ ਵਾਸਤੇ ਤਾਂ ਕਿਸੇ ਫੌਜੀ ਤੋਂ ਘੱਟ ਨਹੀਂ ਹੈ। ਅਕਾਲੀ ਦਲ ਦੀ ਲੀਡ, ਅਕਾਲੀ ਦਲ ਦੀ ਫੌਜ ਹੈਗੀ ਜਿਹੜੀ ਜਿੱਤ ਕੇ ਇਹਨਾਂ ਦੇ ਬਾਵਜੂਦ, ਹਾਲਾਤਾਂ ਦੇ ਬਾਵਜੂਦ ਅੱਗੇ ਆਈ ਹੈ, ਤੇ ਉਹਨਾਂ ਸਾਰਿਆਂ ਨੂੰ ਅੱਜ ਇੱਥੇ ਮੈਂ ਜਿੱਥੇ ਵਧਾਈ ਦਿੰਦੀ ਹਾਂ, ਉੱਥੇ ਉਹਨਾਂ ਨੂੰ ਜਿਹੜੀ ਗ੍ਰਾਂਟਾਂ ਮੇਰੇ ਕੋਲ ਹੈਗੀ ਆ ਉਹ ਵੀ ਸਾਡੇ ਵਿੱਚ ਵੰਡ ਕੇ, ਮੇਰਾ ਖਿਆਲ ਅੱਜ ਸ਼ਾਇਦ 1.5 ਜਾਂ 1.5 ਕਰੋੜ ਦੀ ਗ੍ਰਾਂਟ ਮੈਂ ਵੰਡ ਕੇ ਜਾਵਾਂਗੀ। ਬਿਊਰੋ ਰਿਪੋਰਟ, ਦ ਟੀਵੀ ਐਨਆਰਆਈ।